ਵਾਇਆ ਦਿੱਲੀ ਅਕਾਲੀ ਦਲ ਦੇ ਵਿੱਚ ਤੁਸੀਂ ਕੀ ਕੁਛ ਕਰਵਾ ਰਹੇ ਹੋ ਜੋ ਇਲਜ਼ਾਮ ਲੱਗ ਰਹੇ ਨੇ? ਦੇਖੋ, ਅਕਾਲੀ ਦਲ ਦੀ ਬਦਕਿਸਮਤ ਇਹ ਹੀ ਹੈ ਕਿ ਅਕਾਲੀ ਦਲ ਕਦੀ ਵੀ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਥਾਂ ਤੇ ਇਹੋ ਜਿਹੀ ਗੱਲਾਂ ਕਰਦਾ। ਜਿਹੜੇ ਲੋਕ ਅੱਜ ਅਕਾਲੀ ਦਲ ਦੇ ਅੰਦਰ ਬਗਾਵਤ ਕਰੀ ਖਲੋਤੇ ਨੇ, ਇਹ ਲੋਕਾਂ ਨੂੰ ਪਹਿਲਾਂ ਵੀ ਇਹੀ ਕਿਹਾ ਗਿਆ ਸੀ, ਚਾਹੇ ਬੀਬੀ ਜਾਗੀਰ ਕੌਰ ਹੋਣ ਜਾਂ ਢੀਂਡਸਾ ਪਰਿਵਾਰ ਹੋਵੇ, ਵੀ ਇਹ ਤੇ ਬੀਜੇਪੀ ਦੇ ਲੋਕ ਨੇ। ਜੇ ਬੀਜੇਪੀ ਦੇ ਲੋਕ ਸੀ, ਉਹਨਾਂ ਨੂੰ ਅਕਾਲੀ ਦਲ ਨੇ ਵਾਪਸ ਕਿਉਂ ਲਿਆ? ਅਕਾਲੀ ਦਲ ਦੀ ਬਦਕਿਸਮਤੀ ਹੈ ਕਿ ਅਕਾਲੀ ਦਲ ਕੋਲ ਜਦੋਂ ਵੀ ਐਸੀ ਕੋਈ ਚੁਣੌਤੀ ਆਉਂਦੀ ਹੈ, ਅਕਾਲੀ ਦਲ ਉਹਨੂੰ ਹੱਲ ਨਹੀਂ ਕਰ ਸਕਦਾ। ਉਹ ਕਿਸੇ ਨਾ ਕਿਸੇ ਤੇ ਭਾਂਡਾ ਫੋੜਨ ਦੀ ਕੋਸ਼ਿਸ਼ ਕਰਦਾ ਹੈ। ਨਾਕਾਮੀਆਂ ਆਪਣੀਆਂ ਨੇ, ਲੋਕਾਂ ਦੀ ਐਕਸੈਪਟੇਬਿਲਟੀ ਖਤਮ ਹੋ ਚੁੱਕੀ ਆ, ਉਹਨੂੰ ਸਮਝਣਾ ਹੀ ਨਹੀਂ ਚਾਹੁੰਦੇ। ਠੀਕ ਆ, ਮੈਂ ਕਹਿੰਦਾ ਜੋ ਕਹਿੰਦੇ ਨੇ ਉਹਨਾਂ ਦੀ ਗੱਲ ਨੂੰ ਮੰਨ ਲਿਆ ਜਾਵੇ। 2021 ਚ 3 ਸੀਟਾਂ ਰਹਿ ਗਈਆਂ, ਹੁਣ ਸਫਾਈ ਹੋ ਗਿਆ ਬਿਲਕੁਲ, ਤੇ ਕਿਆ ਇਹਦੇ ਤੇ ਦੋਸ਼ ਬੀਜੇਪੀ ਨੂੰ ਜੋੜਿਆ ਮੜਿਆ ਜਾ ਸਕਦਾ ਬੀਜੇਪੀ ਦੇ ਸਿਰ ਦੇ ਉੱਤੇ? ਜਦੋਂ ਤੁਸੀਂ ਜੇ ਤੁਸੀਂ ਅਜੇ ਵੀ ਸਮਝਦੇ ਜੇ ਕਿ ਲੋਕਾਂ ਤੋਂ ਨਕਾਰੇ ਜਾਣ ਦੇ ਬਾਵਜੂਦ ਵੀ ਤੁਸੀਂ ਕੁਰਸੀ ਤੇ ਚਿਪਕ ਕੇ ਬੈਠੇ ਰਹੋਗੇ ਔਰ ਉਹਦੀ ਜ਼ਿੰਮੇਵਾਰ ਬੀਜੇਪੀ ਤੁਹਾਨੂੰ ਹਟਾਉਣਾ ਚਾਹੁੰਦੀ, ਲੋਕ ਤੁਹਾਨੂੰ ਜੇ ਹਟਾਉਣਾ ਚਾਹੁੰਦੇ ਤੁਸੀਂ MLA ਔਰ MP ਜਿੱਤ ਕੇ ਨਾ ਆਉਂਦੇ? ਜਮਾਨ ਤਾਂ ਜਬ ਤੋਂ ਗਿਆ। ਦੇਖੋ, ਸਿੱਖਾਂ ਨੇ ਆਪਣਾ ਆਲਟਰਨੇਟਿਵ ਜਿਹੜਾ ਹੈ ਇਹ ਤੁਹਾਨੂੰ ਮੰਨਣਾ ਪਊਗਾ, ਉਹ ਸਰਬਜੀਤ ਦੇ ਰੂਪ ਅੰਦਰ ਔਰ ਅੰਮ੍ਰਿਤਪਾਲ ਦੇ ਰੂਪ ਅੰਦਰ ਆਪਣੇ ਆਪ ਨੂੰ ਸਿੱਖਾਂ ਨੇ ਮੰਨਿਆ। ਤੁਸੀਂ ਕਹਿ ਰਹੇ ਹੋ ਅਕਾਲੀ ਦਲ ਕਮਜ਼ੋਰ ਹੈ ਇਸ ਕਰਕੇ ਅੰਮ੍ਰਿਤਪਾਲ ਤੇ ਸਰਬਜੀਤ? ਉਹੀ ਕਾਰਨ ਮੈਂ ਨਹੀਂ ਕਹਿ ਰਿਹਾ, ਦੇਸ਼ ਇਹ ਕਹਿ ਰਿਹਾ ਹੈ, ਸਿੱਖਾਂ ਨੇ ਇਹ ਬਹੁਤ ਵੱਡੀ ਅਕਾਲੀ ਦਲ ਦੀ ਮਤਲਬ ਕਹੂੰਗਾ ਮੈਂ ਫੇਲੀਅਰ ਆ ਕਿ ਉਹ ਸਿੱਖਾਂ ਨੂੰ ਰਿਪ੍ਰੈਜੈਂਟੇਸ਼ਨ ਨਹੀਂ ਦੇ ਸਕੇ। ਸਿੱਖਾਂ ਨੇ ਆਪਣਾ ਲੀਡਰ ਦੇ ਤੌਰ ਤੇ ਅਕਾਲੀ ਦਲ ਨੂੰ ਜਿਹੜੋ ਨਕਾਰ ਦਿੱਤਾ, ਇਹੀ ਕਾਰਨ ਆ ਕਿ ਅੰਮ੍ਰਿਤਪਾਲ ਜੇਲ੍ਹ ਚ ਬੰਦ ਹੋਣ ਦੇ ਬਾਵਜੂਦ 2.5 ਲੱਖ ਵੋਟਾਂ ਤੋਂ ਜਿੱਤ ਕੇ ਆਉਂਦਾ ਹੈ। ਸਰਬਜੀਤ ਸਿੰਘ ਜਿਹੜਾ 19 ਵਰਾਂ ਜਮਾਨਤਾਂ ਜ਼ਬਤ ਕਰਾ ਚੁੱਕਿਆ ਸੀ, ਸਿੱਖਾਂ ਨੇ ਉਹਦੇ ਬਜਾਏ ਅਕਾਲੀ ਦਲ ਦੇ ਬਜਾਏ ਸਰਬਜੀਤ ਨੂੰ ਜਿਤਾਉਣਾ ਠੀਕ ਸਮਝਿਆ। ਤੁਹਾਨੂੰ ਦੱਸੋ ਇਹਦੇ ਵਿੱਚ ਬੀਜੇਪੀ ਦਾ ਕੀ ਕਸੂਰ ਹੈ? ਇਹ ਚੰਗੀ ਗੱਲ ਨਹੀਂ, ਕੋਈ ਰੋਕ ਨਹੀਂ ਸਕਦਾ ਬੋਲਣ ਉਹ, ਲੇਕਿਨ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਘਰ ਨੂੰ ਸੰਭਾਲਣਾ ਚਾਹੀਦਾ ਔਰ ਸੋਚਣਾ ਚਾਹੀਦਾ ਹੈ ਕਿ ਬਜਾਏ ਅਸੀਂ ਇੱਧਰ ਉੱਧਰ ਬੀਜੇਪੀ ਲੋਟਸ ਮਿਸ਼ਨ ਪਤਾ ਨਹੀਂ ਮਿਸ਼ਨ ਲੋਟਸ ਜੋ ਵੀ ਕਹਿੰਦੇ ਨੇ, ਦਿੱਲੀ ਤੋਂ ਸਰਨਾ ਹੋਰੀ ਜਾਂਦੇ ਨੇ, ਉਹ ਕਹਿੰਦੇ ਨੇ ਕਿ ਆਪਰੇਸ਼ਨ ਲੋਟਸ ਅਕਾਲੀ ਦਲ ਚ ਚੱਲ ਰਿਹਾ। ਇੱਕ MP ਆ ਉਹ ਵੀ ਉਹਨਾਂ ਨੇ ਆਪਣੇ ਘਰੋਂ ਆ ਪਰਿਵਾਰ ਚੋਂ ਆ, ਤੇ ਸਾਡਾ ਕਾਹਦਾ ਆਪਰੇਸ਼ਨ ਹੋਣਾ? ਮਤਲਬ ਇਸ ਤਰ੍ਹਾਂ ਦੀਆਂ ਬੇਹੂਦੀਆਂ ਗੱਲਾਂ, ਮਜ਼ਾਕੀਆਂ ਗੱਲਾਂ ਜਿਹਨਾਂ ਤੁਸੀਂ ਨਾਮ ਲੈ ਕੇ ਕਰ ਰਹੇ ਜੀ, ਵੈਸੇ ਉਹ ਨਾਨ ਸੀਰੀਅਸ ਜੇ ਲੋਕ ਨੇ, ਉਹ ਵੈਸੇ ਨਕਾਰੇ ਹੋਏ ਲੋਕ ਨੇ, ਉਹਨਾਂ ਨੂੰ ਵੈਸੇ ਕੋਈ ਮੂੰਹ ਨਹੀਂ ਲਾਉਂਦਾ। ਤੁਸੀਂ ਦੇਖੋ ਅੱਜ ਅਕਾਲੀ ਦਲ ਖੜਾ ਕਿੱਥੇ ਆ? ਇੱਕ ਵੇਲੇ ਅਕਾਲੀ ਦਲ ਕੋਲ ਸ਼ਾਨਦਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧ ਸੀ, ਠੀਕ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 2/3 ਮੈਜੋਰਟੀ ਨਾਲ ਜਿੱਤ ਕੇ ਆਉਂਦੀ ਸੀ, ਉਹਨੇ ਪਟਨਾ ਸਾਹਿਬ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦਾ ਸੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਸੀ, ਹਜੂਰ ਸਾਹਿਬ ਦੇ ਅੰਦਰ ਉਹਨਾਂ ਤੋਂ ਅੱਜ ਮੈਂਬਰ ਤੱਕ ਨੇ। ਇਹ ਸਾਰਾ ਦਾ ਸਾਰਾ ਪੰਥ ਉਹਨਾਂ ਦੇ ਉੱਥੋਂ ਕਿਉਂ ਨਿਕਲਿਆ? ਕਿਉਂਕਿ ਅਲਟੀਮੇਟਲੀ ਉਹ ਪਬਲਿਕ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ, ਕਮਿਊਨਿਟੀ ਉਹਨਾਂ ਨੂੰ ਆਪਣਾ ਸਿੱਖ, ਉਹਨਾਂ ਨੂੰ ਆਪਣਾ ਲੀਡਰ ਮੰਨਣ ਨੂੰ ਤਿਆਰ ਨਹੀਂ ਹੈਗੇ, ਸਿੱਖ ਆਪਣਾ ਆਲਟਰਨੇਟਿਵ ਲੱਭਦੇ ਪਏ, ਤਾਂ ਹੀ ਉਹਨਾਂ ਨੇ ਅੰਮ੍ਰਿਤਪਾਲ ਨੂੰ ਜਾ ਕੇ ਵੋਟਾਂ ਪਾਈ। ਤੁਸੀਂ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ, ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਅੰਮ੍ਰਿਤਪਾਲ ਦੇ ਪਿੱਛੇ RSS ਹੈ। ਅੰਮ੍ਰਿਤਪਾਲ ਨੇ ਪਹਿਲਾਂ ਇਲੈਕਸ਼ਨ ਨਹੀਂ ਲੜਨਾ ਸੀ, RSS ਦੇ ਸ਼ਖਸ ਨੇ ਜਿਹੜੇ ਵਕੀਲ ਵੀ ਨੇ ਉਹ ਜੇਲ੍ਹ 'ਚ ਮਿਲਦੇ ਨੇ ਔਰ ਉਸ ਤੋਂ ਬਾਅਦ ਅੰਮ੍ਰਿਤਪਾਲ ਦਾ ਐਲਾਨ ਹੋ ਜਾਂਦਾ ਕਿ ਇਲੈਕਸ਼ਨ ਲੜਦੇ, ਅੰਮ੍ਰਿਤਪਾਲ ਦੇ ਪਿੱਛੇ RSS ਹੈ। ਪਰ ਚਲੋ, ਮੈਂ ਵਿਰਸਾ ਸਿੰਘ ਬਲਟੋਹਾ ਜੀ ਦੀ ਇਸ ਗੱਲ ਨੂੰ ਮੰਨ ਲੈਂਦਾ, ਪਰ ਤੁਸੀਂ ਦੇਖੋ ਕਿ ਅਕਾਲੀ ਦਲ ਦਾ ਪਤਨ, ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਤੋਂ ਜ਼ਿਆਦਾ ਗਿਰਾਵ ਕੀ ਹੋ ਸਕਦਾ ਹੈ ਕਿ ਜਿਹਨੂੰ RSS ਚੁਣਾਵ ਲੜਾ ਰਹੀ ਉਹ ਵੀ ਜਿੱਤ ਜਾਂਦਾ ਹੈ, ਜਿਹਨੂੰ RSS ਚੁਣਾਵ ਲੜਾ ਰਹੀ ਆ ਉਹ ਵੀ 2.5 ਲੱਖ ਵੋਟਾਂ ਤੋਂ ਜਿੱਤ ਕੇ ਆ ਜਾਂਦਾ ਹੈ, RSS ਹੈ ਇਸ ਦੇ ਵਿੱਚ? ਮੈਨੂੰ ਨਹੀਂ ਪਤਾ, ਤੁਸੀਂ ਗੱਲ ਕਰੀ, ਵਿਰਸਾ ਸਿੰਘ ਬਲਟੋਹਾ ਨੇ ਕਿਹਾ ਸੀ। ਤੇ ਦੇਖੋ, ਉਹਨਾਂ ਦਾ ਕੰਮ ਹੀ ਆ। ਤੁਸੀਂ ਦੇਖੋ, ਇਹਨਾਂ ਨੂੰ ਸਭ ਨੂੰ ਪਹਿਲਾਂ ਢੀਂਡਸਾ ਜੀ ਨੂੰ RSS ਦਾ ਆਦਮੀ ਕਹਿੰਦੇ ਸੀ, ਆਪਣੇ ਨੂੰ ਬੀਬੀ ਜਾਗੀਰ ਕੌਰ ਜੀ ਨੂੰ RSS ਦਾ ਲੋਕ ਸਾਰੇ, ਫਿਰ ਤੁਸੀਂ ਮਤਲਬ RSS ਦੇ ਲੋਕ ਵਾਪਸ ਲਏ ਨਾ ਅਕਾਲੀ ਦਲ ਚ, ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਕਿਆ ਉਦੋਂ ਫਿਰ ਤੁਸੀਂ ਧੋਤਾ ਸੀ ਉਹਨਾਂ ਨੂੰ, ਸਰਚ ਪਾਇਆ ਸੀਗਾ, ਇਹਨਾਂ ਨੂੰ ਕੀ ਕੀਤਾ ਸੀਗਾ? ਅੰਮ੍ਰਿਤਪਾਲ ਦੇ ਪਿੱਛੇ ਕੌਣ ਹੈ ਜਾਂ
ਦੇਖੋ ਆਪਾਂ ਇਹ ਗੱਲ ਆਪਣੀ ਕਮਿਊਨਿਟੀ ਨੂੰ ਤੁਸੀਂ ਠੀਕ ਆ ਤੁਸੀਂ ਪੰਜਾਬ ਨੂੰ ਰਿਪ੍ਰੈਜੈਂਟ ਕਰਦੇ ਜੇ ਤੁਹਾਨੂੰ ਆਪਣੀ ਕੌਮ ਦੇ ਬਾਰੇ ਸਮਝਣਾ ਚਾਹੀਦਾ ਹੈ। ਸਿੱਖਾਂ ਦੀ ਭਾਵਨਾ ਇਹ ਆ ਕਿ ਅਕਾਲੀ ਦਲ ਨਕਾਰੀ ਕਪਾਰਟੀ ਹੈ, ਅਸੀਂ ਇਹਦੇ ਨਾਲ ਨਹੀਂ ਜਾ ਸਕਦੇ। ਉਹ ਆਪਣਾ ਆਲਟਰਨੇਟਿਵ ਤਰਾਸ਼ ਰਹੇ ਨੇ ਔਰ ਆਲਟਰਨੇਟਿਵ ਰੂਪ ਚ ਉਹਨਾਂ ਨੇ ਸਰਬਜੀਤ ਔਰ ਅੰਮ੍ਰਿਤਪਾਲ ਨੂੰ ਆਲਟਰਨੇਟਿਵ ਤਰਾਸ਼ਿਆ, ਇਹਨੂੰ ਆਪਾਂ ਕਿਵੇਂ ਡਿਨਾਈ ਕਰ ਸਕਦੇ? ਕੀ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਸ਼ਿਵ ਸੇਨਾ ਤੋਂ ਸ਼ਿੰਦੇ ਗਰੁੱਪ ਅਲੱਗ ਹੁੰਦਾ, ਸਿੰਬਲ ਦਾ ਝਗੜਾ ਸਾਰਾ ਝਗੜਾ, ਉਸ ਤੋਂ ਬਾਅਦ ਅਸੀਂ ਨੈਲੋ ਜੇ ਜੇ ਪੀ ਦੇਖਦੇ ਹਾਂ। ਕੱਲ ਚੰਦੂ ਮਾਜਰਾ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ, ਕਹਿੰਦੇ ਮੈਂ ਪਾਰਟੀ ਦਫ਼ਤਰ ਜਾਊਂਗਾ, ਕਹਿੰਦੇ ਸਿੰਬਲ ਕਿਸੇ ਇੱਕ ਪਾਰਟੀ ਦਾ ਕਿਸੇ ਇੱਕ ਪਰਿਵਾਰ ਦਾ ਨਹੀਂ ਹੈ, ਕਿਸੇ ਦੀ ਜਗੀਰ ਨਹੀਂ ਹੈ, ਸਿੰਬਲ ਸਾਰਿਆਂ ਦਾ ਵੈ ਔਰ ਸਿੰਬਲ ਸਾਡਾ ਵੈ, ਮੈਂ ਪਾਰਟੀ ਦਫ਼ਤਰ ਬੈਠਾ ਕਰਾਂਗਾ। ਦੇਖੋ ਉਹਨਾਂ ਦੇ ਅਲਟਰਨਲ ਵੀ ਉਹਨਾਂ ਦੇ ਇੰਟਰਨਲ ਮਤਲਬ ਮੈਂ ਇਹਦਾ ਜਵਾਬ ਕਿਵੇਂ ਦੇ ਸਕਦਾ? ਔਰ ਜਦੋਂ ਤੁਸੀਂ ਕਿਹਾ ਸ਼ਿੰਦੇ ਦੀ ਗੱਲ ਕੀਤੀ, ਦੇਖੋ ਉੱਥੇ ਚੁਣੀ ਹੋਈ ਇੱਕ ਸਰਕਾਰ ਆ, ਚੁਣੀ ਹੋਈ ਸਰਕਾਰ ਨੇ ਇੱਕ ਪਰਿਵਾਰ ਦੇ ਖਿਲਾਫ਼ ਬਗਾਵਤ ਕੀਤੀ ਕਿ ਤੁਸੀਂ ਆਪਣੇ ਪਰਿਵਾਰ ਨੂੰ ਸਭ ਕੁਝ ਦੇ ਰਹੇ ਜੇ। ਉਹਦੇ ਅੰਦਰ ਉਹਨਾਂ ਦੇ 70 ਤੋਂ ਜ਼ਿਆਦਾ 80 ਤੋਂ ਜ਼ਿਆਦਾ MLA ਸੀਗੇ ਜਿਹੜੇ ਇੱਕ ਦਿਨ ਦੇ ਅੰਦਰ 40 ਤੋਂ ਜ਼ਿਆਦਾ, 50 ਤੋਂ ਜ਼ਿਆਦਾ, 60 MLA ਹੋ ਗਏ ਬਾਅਦ ਅੰਦਰ ਇੱਕ ਤਰਫ਼ ਚਲੇ ਗਏ ਨੇ। ਅੱਜ ਉਸ ਸ਼ਿੰਦੇ ਗਰੁੱਪ ਦੇ 7 MP ਜਿੱਤ ਕੇ ਆਏ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਤਾਂ BJP ਨੇ ਤੋੜਤਾ, BJP ਨੇ ਵੋਟਾਂ ਧੱਕੇ ਨਾਲ ਤਾਂ ਨਹੀਂ ਪਵਾ ਦੂਗੀ। ਮਤਲਬ ਪਬਲਿਕ ਸਪੋਰਟ ਕਿਹਦੇ ਨਾਲ ਆ? ਪਬਲਿਕ ਸਪੋਰਟ ਸ਼ਿੰਦੇ ਨਾਲ ਆ। ਇਹੀ ਕਾਰਨ ਆ ਕਿ MLA ਕੁਝ ਨਾਲ ਆਏ ਨੇ, ਵਰਨਾ ਕੋਈ ਜਾਂਦਾ ਕਿਸੇ ਨਾਲ? ਹੁਣ ਜਿੱਥੋਂ ਤੱਕ ਪੰਜਾਬ ਦੀ ਗੱਲ ਆ, ਪੰਜਾਬ ਇਹਨਾਂ ਕੋਲ ਅਕਾਲੀ ਦਲ ਕੋਲ ਹੈ ਕਿ 3 ਤੇ MLA ਨੇ, ਤੇ BJP ਨੇ ਕੀ ਤੋੜ ਕੇ ਕਰਨਾ ਤੇ ਕੀ ਉਹਨੂੰ ਲੈ ਕੇ ਕਰਨਾ? ਸਾਡਾ ਨਾ ਅਸੀਂ ਤੋੜਨਾ ਨਾ ਸਾਨੂੰ ਵਿਛੋੜਾ, ਅਸੀਂ ਚਾਹੁੰਦੇ ਹਾਂ ਅਕਾਲੀ ਦਲ ਇੱਕ ਮਜ਼ਬੂਤ ਪਾਰਟੀ ਪੰਜਾਬ ਦੀ ਹੋਣੀ ਚਾਹੀਦੀ ਹੈ। ਅਕਾਲੀ ਦਲ ਜਦੋਂ ਜਦੋਂ ਕਮਜ਼ੋਰ ਹੁੰਦਾ ਹੈ ਉਦੋਂ ਉਦੋਂ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵਿਗੜਦੇ ਨੇ, ਇਹ ਅੰਦਰ ਕੋਈ ਸ਼ੱਕ ਨਹੀਂ ਹੈਗਾ। ਅਕਾਲੀ ਦਲ ਦਾ ਕਮਜ਼ੋਰ ਹੋਣਾ ਦੇਸ਼ ਲਈ ਕੋਈ ਅੱਛੀ ਗੱਲ ਨਹੀਂ ਹੈਗੀ, ਅਕਾਲੀ ਦਲ ਦਾ ਕਮਜ਼ੋਰ ਹੋਣਾ ਸਿੱਖਾਂ ਲਈ ਕੋਈ ਅੱਛੀ ਗੱਲ ਨਹੀਂ ਹੈਗੀ। ਮੈਂ ਖੁਦ ਅਕਾਲੀ ਦਲ ਚ ਕੰਮ ਕੀਤਾ ਔਰ ਮੈਂ ਬੜੇ ਜ਼ੋਰ ਨਾਲ ਇਹ ਗੱਲ ਕਹਿਣਾ ਚਾਹੁੰਦਾ ਹੈ, ਅਕਾਲੀ ਦਲ ਦਾ ਕਮਜ਼ੋਰ ਹੋਣਾ ਸਿੱਖੀ ਦਾ ਕਮਜ਼ੋਰ ਹੋਣਾ ਹੈ, ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਦਾ ਨੁਕਸਾਨ ਆ, ਉਹ ਲਾਹੇਵੰਦ ਨਹੀਂ ਹੈਗਾ। ਕੀ ਅਜਿਹਾ ਵੀ ਹੈ ਕਿ ਬਾਦਲ ਪਰਿਵਾਰ ਨੂੰ ਬਾਹਰ ਕੱਢ ਕੇ ਜਿਹੜੇ ਬਾਕੀ ਨੇ, ਮਾਸਟਰ ਤਾਰਾ ਸਿੰਘ ਪਰਿਵਾਰ ਜਾਂ ਬਰਨਾਲਾ ਪਰਿਵਾਰ, ਟੋੜਾ ਪਰਿਵਾਰ ਜਾਂ ਚੰਦੂ ਮਾਜਰਾ ਪਰਿਵਾਰ, ਬਹੁਤ ਸਾਰੀ ਜਿਹੜੀ ਇੱਕ ਲੰਬੀ ਫਹਿਰਿਸਤ ਆ 15-16 ਲੀਡਰਾਂ ਦੀ ਜਿਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ, BJP ਉਹਨਾਂ ਨਾਲ ਅਲਾਇੰਸ ਕਰ ਸਕਦੀ ਹੈ? ਕੋਈ ਉਹਨਾਂ ਨਾਲ ਕੁਛ ਨਹੀਂ ਅਲਾਇੰਸ ਹੁੰਦਾ, ਤੇ ਅਸੀਂ ਹੁਣ ਢੀਂਡ ਸਰ ਸਾਹਿਬ ਸੀਗੇ ਸਾਡੇ ਨਾਲ ਹੀ ਸੀਗੇ, ਅਸੀਂ ਪਿਛਲੇ ਅਲਾਇੰਸ ਉਹਨਾਂ ਨੂੰ ਖੁੱਲ੍ਹ ਕੇ ਕੀਤਾ, ਕਚੋਰੀ ਐਤਕੀ ਅਕਾਲੀ ਦਲ ਦੇ ਨਾਲ ਅਲਾਇੰਸ ਕਰਨ ਦੀ ਇੱਛਾ ਅਸੀਂ ਖੁਦ ਜਤਾਈ, ਅਕਾਲੀ ਦਲ ਨੇ ਵੀ ਕਿਹਾ ਸੀਟਾਂ ਨੂੰ ਲੈ ਕੇ ਗੱਲਬਾਤ ਨਹੀਂ ਸਿਰੇ ਚੜ੍ਹ ਸਕੀ। ਪਰ ਉਹ ਕਹਿੰਦੇ ਕਿ ਸੀਟਾਂ ਦੀ ਗੱਲ ਨਹੀਂ ਸੀ, ਗੱਲ ਸੀਗੀ ਕਿ ਅਸੀਂ ਬੰਦੀ ਸਿੰਘਾਂ ਤੇ ਸੀ, ਗੱਲ ਸੀਗੀ ਅਸੀਂ ਕਿਸਾਨੀ ਦੇ, ਅਸੀਂ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਣਾ। ਇਹ ਸੁਖਬੀਰ ਬਾਦਲ ਹੋਰਾਂ ਦਾ ਅਕਾਲੀ ਦਲ ਔਰ BJP ਚ ਅੰਤਰ, BJP ਆਪਣੀ ਗੱਲ ਨੂੰ ਸਪਸ਼ਟ ਤੌਰ ਤੇ ਰੱਖਦੀ ਆ, ਅਕਾਲੀ ਦਲ ਕਿਸੇ ਦਾ ਆਸਰਾ ਦਿੰਦਾ ਕਿਉਂਕਿ ਅਕਾਲੀ ਦਲ ਅੰਦਰ ਕਮਜ਼ੋਰ ਹੋ ਚੁੱਕਿਆ। BJP ਨਾਲ ਸਿੱਖਾਂ ਦੀ ਸੀਟਾਂ ਤੇ ਗੱਲ ਹੋਈ, BJP 6 ਸੀਟਾਂ ਤੇ ਚੋਣ ਕਰਵਾਉਣਾ ਚਾਹੁੰਦੀ ਸੀ, ਅਕਾਲੀ ਦਲ 4 ਸੀਟਾਂ ਦੇਣਾ ਨਹੀਂ ਚਾਹੁੰਦਾ ਸੀਗਾ, ਉਹ 4 ਸੀਟਾਂ ਦੇਣਾ ਚਾਹੁੰਦੇ ਸੀਗੇ, ਇਸ ਨੂੰ ਲੈ ਕੇ ਲੜਾਈ ਸੀ। ਉਹਨੂੰ ਹੁਣ ਜੋ ਮਰਜ਼ੀ ਰੰਗ ਦੇਣ, ਕੋਈ ਰੋਕ ਨਹੀਂ ਰਿਹਾ ਉਹਨਾਂ ਨੂੰ, ਕੋਈ ਰੋਕ ਨਹੀਂ ਰਿਹਾ ਉਹਨਾਂ ਨੂੰ। ਕਿਸ ਪਲੇਟਫਾਰਮ ਤੇ ਗੱਲ ਹੋਈ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਈ, ਉਸ ਪਲੇਟਫਾਰਮ ਦਾ ਨਾਮ ਦੇ ਦੇਣ, ਕਿਸ ਲੀਡਰ ਨਾਲ ਗੱਲ ਕੀਤੀ ਉਹਦਾ ਨਾਮ ਦੇ ਦੇਣ, ਨਾ ਕਦੀ ਗੱਲ ਹੋਈ, ਨਾ ਕਦੀ ਹੋਣੀ ਸੀ, ਨਾ ਕਦੀ ਮੇਰਾ ਵਾਸਤਾ ਸੀ, ਇਹ ਸਿਰਫ ਬਹਾਨੇ ਨੇ। ਠੀਕ, ਉਹਨਾਂ ਦਾ ਮਰਜ਼ੀ ਉਹ ਬਹਾਨੇ ਲਗਾ ਸਕਦੇ, ਪਰ ਮੈਂ ਫਿਰ ਇਹ ਕਹਿਣਾ ਚਾਹੁੰਦਾ, ਅਕਾਲੀ ਦਲ ਦਾ ਇਸ ਤੋੜ ਵਿਛੋੜੇ ਨਾਲ, ਅਕਾਲੀ ਦਲ ਦੇ ਇਸ ਬਗਾਵਤ ਨਾਲ BJP ਦਾ ਨਾ ਸਰੋਕਾਰ ਹੈ ਨਾ ਸਾਡੇ ਲਈ। ਅਸੀਂ ਤਾਂ ਖੁੱਲ੍ਹ ਕੇ ਕਿਹਾ ਕਿ ਅਕਾਲੀ ਦਲ ਨਾਲ ਅਲਾਇੰਸ ਕਰਨਾ ਚਾਹ ਰਹੇ ਹਾਂ, ਕੋਈ ਗੋਲਮੋਲ ਗੱਲ ਰੱਖੀ ਆ, ਸੀਟ ਸ਼ੇਅਰਿੰਗ ਦਾ ਇਸ਼ੂ ਸੀਗਾ, ਸੀਟ ਸ਼ੇਅਰਿੰਗ ਦਾ ਇਸ਼ੂ ਸੀਗਾ। ਤੁਸੀਂ 4 ਦੇਣਾ ਚਾਹੁੰਦੇ ਸੀ, ਉਹ 6 ਮੰਗ ਰਹੇ ਸੀ। ਅਸੀਂ 6 ਮੰਗ ਰਹੇ ਸੀ, ਤੁਸੀਂ 6 ਮੰਗ ਰਹੇ ਸੀ, ਉਹ 4 ਦੇ ਰਹੇ ਸੀ। ਠੀਕ ਹੈ, ਅਸੀਂ ਕਹਿ ਰਹੇ ਸੀਗੇ ਕਿ 7-7 ਸੀਟਾਂ ਹੋ ਜਾਣਗੀਆਂ, ਚੰਡੀਗੜ੍ਹ ਅਸੀਂ ਲੜਦੇ ਹਾਂ, 6 ਸੀਟਾਂ ਸਾਨੂੰ ਦਿਓ ਤੁਸੀਂ, 7 ਸੀਟਾਂ ਦੇ ਤੁਸੀਂ ਲੜੋ, 7 ਸੀਟਾਂ ਤੇ ਇਨਕਲੂਡਿੰਗ ਚੰਡੀਗੜ੍ਹ ਅਸੀਂ ਲੜਾਂਗੇ। ਤੇ ਔਰ ਉਹਦੀ ਇੱਕ ਰੀਜ਼ਨ ਸੀਗਾ ਕਿ ਸਿੱਖ ਜਿਹੜੇ ਨੇ
ਪਹਿਲਾਂ ਬੀਜੇਪੀ ਜਿਹੜਾ ਆਪਣੇ ਆਪ ਨੂੰ ਰਿਪ੍ਰੈਜੈਂਟ ਕਰਦੀ ਸੀ ਉਹ ਨਾਨ ਸਿੱਖ ਦੀ ਪਾਰਟੀ ਪੰਜਾਬ 'ਚ ਰਿਪ੍ਰੈਜੈਂਟ ਕਰਦੀ ਸੀ। ਅੱਜ ਸਿੱਖ ਲੀਡਰਸ਼ਿਪ ਬੀਜੇਪੀ ਕੋਲ ਬਹੁਤ ਜ਼ਿਆਦਾ ਆ ਅਤੇ ਸਿੱਖਾਂ ਨੂੰ ਨੁਮਾਇੰਦਗੀ ਮਿਲੇ, ਇਹ ਬੀਜੇਪੀ ਦੀ ਸੋਚ ਸੀ। ਬੀਜੇਪੀ ਚਾਹੁੰਦੀ ਸੀ ਅਸੀਂ ਸਿੱਖਾਂ ਦੀ ਸਿੱਧੀ ਨੁਮਾਇੰਦਗੀ ਦਈਏ ਔਰ ਉਹਦੇ ਚੱਲਦੇ ਉਹਨਾਂ ਨੇ ਸੀਟਾਂ ਦੇਣ ਤੋਂ ਮਨਾ ਕਰਤਾ ਅਲਾਇੰਸ ਨੂੰ। ਅੱਛਾ, ਇੱਕ ਚੀਜ਼ ਹੋਰ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ, ਬਿਕਰਮ ਮਜੀਠੀਆ ਖਾਮੋਸ਼ ਨੇ, ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆ ਰਹੀ, ਬਿਕਰਮ ਮਜੀਠੀਆ ਕਿੱਥੇ ਨੇ ਇਹ ਨਹੀਂ ਪਤਾ ਲੱਗ, ਕਿਉਂਕਿ ਜੋ ਪਾਰਟੀ ਇੰਨੇ ਔਖੇ ਫੇਸ 'ਚ ਹੋਵੇ ਜਦੋਂ ਦੋ ਫਾੜ ਹੋਈ ਹੋਵੇ ਇਹ ਕਲੀਅਰ ਨਹੀਂ ਹੋ ਪਾ ਰਿਹਾ ਬਿਕਰਮ ਮਜੀਠੀਆ ਕਿੱਥੇ ਨੇ ਜਾਂ ਕਿਸ ਪਾਸੇ ਨੇ ਜਾਂ ਦੇਖੋ ਕੁਛ ਉਹਨਾਂ ਦਾ ਕੀ ਰੋਲ ਹੈ ਮੈਂ ਨਹੀਂ ਦੱਸ ਸਕਦਾ, ਲੇਕਿਨ ਜੋ ਚਰਚਾਵਾਂ ਬਾਜ਼ਾਰ 'ਚ ਨੂੰ ਤੁਹਾਨੂੰ ਵੀ ਪਤਾ ਲੱਗ ਰਹੀਆਂ ਹੋਣਗੀਆਂ ਕਿ ਇਹ ਸਾਰੀ ਬਗਾਵਤ ਦੇ ਪਿੱਛੇ ਹੈ ਹੀ ਬਿਕਰਮ ਮਜੀਠੀਆ। ਕੁਛ ਲੋਕ ਕਹਿ ਰਹੇ ਹੁਣ ਅਸਾਂ ਤੇ ਪਤਾ ਨਹੀਂ, ਨਾ ਮੈਂ ਉਸ ਪਾਰਟੀ 'ਚ ਹੈਗਾ, ਨਾ ਹੀ ਮੇਰਾ ਉਸ ਪਾਰਟੀ ਦੇ ਕਿਸੇ ਲੀਡਰ ਨਾਲ ਸਰੋਕਾਰ, ਨਾ ਹੀ ਮੇਰੀ ਗੱਲਬਾਤ ਹੁੰਦੀ ਹੈ, ਨਾ ਹੀ ਮੇਰੀ ਖਾਸ ਤੌਰ ਤੇ ਬਿਕਰਮ ਨਾਲ ਜਾਂ ਕਿਸੇ ਐਸੇ ਨਾਲ ਮੇਰੀ ਗੱਲਬਾਤ ਹੁੰਦੀ, ਪਰ ਐਸੇ ਕੋਈ ਲੋਕਾਂ 'ਚ ਚਰਚਾ ਚੱਲਦੀ ਪਈ ਹੈ ਗੋਡ ਨੋਸ ਦੇ ਪਿੱਛੇ ਕੀ। ਲੇਕਿਨ ਇੱਕ ਗੱਲ ਜ਼ਰੂਰ ਆ, ਬੀਜੇਪੀ ਨੂੰ ਇਹਦੇ ਨਾਲ ਕਿਸੇ ਵੀ ਸੂਰਤ ਅੰਦਰ ਨਾ ਬੀਜੇਪੀ ਨੂੰ ਕੋਈ ਲੈਣਾ ਨਾ ਦੇਣਾ ਨਾ। ਅੱਛਾ ਮੈਂ ਦੱਸਦਾ, ਅਯਾਲੀ ਪਿਛਲੀ ਵਾਰ ਜਦੋਂ ਅਯਾਲੀ ਨੇ ਸਟੇਟਮੈਂਟ ਦਿੱਤੀ, ਫਟਾਫਟ ਵਿਰਸਾ ਸਿੰਘ ਬਲਟੋਆ ਜੀ ਦਾ ਬਿਆਨ ਆ ਗਿਆ, ਸਿਰਸੇ ਨੂੰ ਮਿਲ ਕੇ ਆਇਆ ਦਿੱਲੀ, ਫਿਰ ਉਹ ਅਯਾਲੀ ਨੂੰ ਤੁਸੀਂ ਆਪਣੇ ਨਾਲ ਵੀ ਰੱਖਿਆ, ਜੇ ਉਹ ਬੀਜੇਪੀ ਦੇ ਨਾਲ ਸੰਪਰਕ ਸੀ ਬੀਜੇਪੀ ਦਾ ਸੀ, ਫਿਰ ਤੁਸੀਂ ਉਹਨੂੰ ਨਾਲ ਕਿਉਂ ਲੈਂਦੇ ਜੀ? ਤੁਸੀਂ ਕਹਿ ਰਹੇ ਹੋ ਬਿਕਰਮ ਮਜੀਠੀਆ ਬਗਾਵਤ ਦੇ ਪਿੱਛੇ? ਦੇਖੋ ਮੈਨੂੰ ਪਤਾ, ਮੈਂ ਕੀ ਕਹਿ ਰਿਹਾ, ਮੈਂ ਕੋਈ ਅਕਾਲੀ ਦਲ ਚ ਤਾਂ ਹੈ ਨਹੀਂ, ਪਰ ਤੁਹਾਡੇ ਸੋਰਸ, ਤੁਹਾਡੇ ਲੱਗਦਾ ਪਿਆ ਲੋਕ ਇਹ ਚਰਚਾਵਾਂ ਕਰਦੇ ਨੇ ਕਿ ਉਹ ਸੁਖਬੀਰ ਬਾਦਲ ਦੇ ਖਿਲਾਫ ਨੇ। ਹਾਂ ਵੀ ਉਹ ਸੁਖਬੀਰ ਬਾਦਲ ਨੂੰ ਪ੍ਰਧਾਨ ਤੋਂ ਹਟਾਉਣਾ ਚਾਹੁੰਦੇ ਨੇ। ਮੈਨੂੰ ਨਹੀਂ ਪਤਾ, ਮਤਲਬ ਇਹ ਜੋ ਹੋ ਰਿਹਾ ਸਾਰਾ ਕੁਛ ਇਹਦੇ ਪਿੱਛੇ ਜਿਹੜਾ ਦੂਸਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਤੁਸੀਂ ਕੱਲ ਬਿਆਨ ਸੁਣਿਆ ਹੋਣਾ, ਕਹਿੰਦੇ ਕਿ ਦਿੱਲੀ ਵਾਲੇ ਪਾਸੇ ਜਿਹੜੇ ਜਾਂਦੇ ਨੇ ਉਹ ਦਰਬਾਰ ਸਾਹਿਬ ਵਾਲੇ ਪਾਸੇ ਜਿਹੜੇ ਪਿੱਠ ਲਾਉਂਦੇ ਨੇ ਉਹ ਗਲਤ ਹੁੰਦਾ, ਦਰਬਾਰ ਸਾਹਿਬ ਵਾਲੇ ਪਾਸੇ ਰਹੋ, ਤੁਹਾਨੂੰ ਰਾਜਭਾਗ ਵੀ ਮਿਲੇਗਾ, ਸਭ ਕੁਛ ਮਿਲੇਗਾ। ਨਹੀਂ ਤੂੰ ਦੱਸਣ ਜਾਂਦੀ ਜਥੇਦਾਰ ਅਕਾਲ ਤਖ਼ਤ ਸਾਹਿਬ, ਹਾਂ, ਕਿਸੇ ਦਰਬਾਰ ਸਾਹਿਬ ਵਾਲੇ ਕਿਸੇ ਪਾਸੇ ਕਿਵੇਂ ਰਹਿਣਾ? ਮੈਂ ਹੀ ਜਾਣਾ ਸਭ ਤੋਂ ਪਹਿਲਾਂ ਦੱਸਣ ਇਹ ਰਾਜਭਾਗ ਕੀ ਦੇਣਗੇ? ਵਿਚਾਰੇ ਆਪਣੀਆਂ ਕੁਰਸੀਆਂ ਇਹਨਾਂ ਦੇ ਹੱਥ 'ਚ ਨਹੀਂ ਹੈਗੀਆਂ, ਇਹ ਲੋਕਾਂ ਨੂੰ ਰਾਜਭਾਗ ਕੀ ਦੇਣਗੇ? ਗਲਤ ਗੱਲ ਹੈ ਨਾ, ਇਹੀ ਜਥੇਦਾਰ ਸਾਹਿਬਾਨ ਨੂੰ ਸਮਝਣਾ ਚਾਹੀਦਾ, ਤਾਂ ਹੀ ਤੁਹਾਡੀ ਕ੍ਰੈਡੀਬਿਲਟੀ ਖਤਮ ਹੋ ਜਾਂਦੀ ਆ। ਕਿਆ ਅੱਜ ਜਥੇਦਾਰ ਸਾਹਿਬ ਕਹਿ ਦੇਣਗੇ ਕਿ ਜਿਹੜੇ ਅੰਮ੍ਰਿਤਪਾਲ ਜਿੱਤ ਕੇ ਆਏ ਉਹ ਗਲਤ ਆ? ਕਿਆ ਜਥੇਦਾਰ ਸਾਹਿਬ ਕਹਿ ਦੇਣਗੇ ਜਾਂ ਸਰਬਜੀਤ ਜਿੱਤ ਕੇ ਆਏ ਉਹ ਗਲਤ ਆ? ਯਾਰ ਹੱਦ ਹੋ ਗਈ, ਸਿੱਖਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ। ਮਤਲਬ ਇਹੀ ਪ੍ਰੋਬਲਮ ਆ ਕਿ ਤੁਸੀਂ ਪੰਥ ਨੂੰ ਆਪਣੀ ਮਰਜ਼ੀ ਦੇ ਵਾਸਤੇ ਗੁਲਾਮ ਬਣਾ ਕੇ ਰੱਖਿਆ। ਜਿੱਦਣ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਦੋਂ ਤੁਸੀਂ ਬੋਲਦੇ ਜੇ। ਕਿਆ ਕਦੀ ਤੁਸੀਂ ਦੇਖਿਆ ਕਿਸੇ ਜਥੇਦਾਰ ਸਾਹਿਬਾਨ ਨੇ ਕਿਹਾ ਹੋਵੇ ਯਾਰ ਸੁਖਬੀਰ ਸਿੰਘ ਬਾਦਲ ਕੌਣ ਹੁੰਦਾ ਇਸ ਤਰ੍ਹਾਂ ਆ ਕੇ ਆਪਣੇ ਆਪ ਅਕਾਲ ਤਖ਼ਤ ਤੇ ਮਾਫੀਆਂ ਮੰਗਣ ਵਾਲਾ ਔਰ ਆਪੇ ਮਾਫੀ ਮੰਗ ਕੇ ਆਪੇ ਸੇਵਾ ਕਰਨ ਵਾਲਾ? ਇਹ ਪ੍ਰਥਾ ਕਦੋਂ ਸ਼ੁਰੂ ਹੋਈ? ਕੱਲ ਨੂੰ ਕੋਈ ਵੀ ਆ ਕੇ ਜਿੰਨੇ ਪੰਥ ਚੋਂ ਨਕਾਰੇ ਹੋਏ ਲੋਕ ਨੇ ਜਿਨ੍ਹਾਂ ਨੂੰ ਪੰਥ ਚੋਂ ਬਾਹਰ ਕੱਢਿਆ ਏ, ਜਿਹਦਾ ਜੀ ਕਰੂ ਆ ਕੇ ਅਕਾਲ ਤਖ਼ਤ ਤੇ ਕਹੂਗਾ ਮੈਂ ਅੱਜ 3 ਦਿਨ ਦੀ ਸੇਵਾ ਕਰਨੀ ਹੈ, ਮੈਂ ਜੁੱਤੇ ਦੀ ਸੇਵਾ ਕਰਨ ਚੱਲਿਆ, ਬਸ ਮੈਂ ਹੋ ਗਿਆ, ਮੇਰਾ ਫਰਕ ਇਸ ਤੋਂ ਥੋੜਾ ਹੁੰਦਾ ਕਦੀ? ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨਾਂ ਨੂੰ ਆਪਣੀ ਸਿੱਖ ਦੇ ਦੇਸ਼ ਭਰ ਦੇ ਸਿੱਖਾਂ ਦੀ ਨੁਮਾਇੰਦਗੀ, ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ, ਤੁਸੀਂ ਨਾ ਕਿ ਕੇਵਲ ਇੱਕ ਪਾਰਟੀ ਦੀ ਨੁਮਾਇੰਦਗੀ ਕਰਨੀ, ਇਹ ਗਲਤ ਗੱਲ ਹੈ। ਮੈਂ ਜਥੇਦਾਰ ਸਾਹਿਬ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਕਰਦਾ, ਜਥੇਦਾਰ ਸਾਹਿਬ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਆਪ ਜੀ ਤੇ ਕਿਰਪਾ ਤਰਸ ਆ, ਆਪ ਜੀ ਨੂੰ ਇਹ ਪਾਰਟੀ ਦੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ। ਤੁਹਾਨੂੰ ਦੇਸ਼ ਭਰ ਦੇ ਸਿੱਖਾਂ ਦੀ ਚਿੰਤਾ ਕਰਨੀ ਚਾਹੀਦੀ ਆ, ਦੇਸ਼ ਭਰ ਦੇ ਸਿੱਖ ਕਿਵੇਂ ਮਜ਼ਬੂਤ ਹੋ ਸਕਦੇ, ਤੁਹਾਨੂੰ ਉਹ ਵਾਲਾ ਰਸਤਾ ਅਡਾਪਟ ਕਰਨਾ ਚਾਹੀਦਾ, ਤੁਹਾਨੂੰ ਇੱਕ ਪਾਰਟੀ ਦਾ ਪੱਖ ਨਹੀਂ ਪੂਰਨਾ ਚਾਹੀਦਾ। ਤੁਹਾਨੂੰ ਕੀ ਲੱਗਦਾ ਇਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੇ ਮਾਇਨੇ ਕੀ ਨੇ ਔਰ ਇਸ ਇਹਨੂੰ ਡੀਕੋਡ ਕਰਨਾ ਹੋਵੇ ਤੁਸੀਂ ਕਿਵੇਂ ਡੀਕੋਡ ਕਰਦੇ ਹੋ? ਮੈਨੂੰ ਤੇ ਪਤਾ ਹੀ ਨਹੀਂ, ਤੁਸੀਂ ਮੈਨੂੰ ਗੱਲ ਦੱਸੀ, ਮੈਂ ਸੁਣਿਆ ਨਹੀਂ ਸੀ। ਉਹ ਕਹਿੰਦੇ ਕਿ ਜਿਹੜੇ ਲੀਡਰ ਦਿੱਲੀ ਵਾਲੇ ਪਾਸੇ ਜਾ ਰਹੇ ਨੇ ਦਰਬਾਰ ਸਾਹਿਬ ਵਾਲੇ ਪਾਸੇ ਪਿੱਠ ਕਰ ਰਹੇ ਨੇ, ਉਹਨਾਂ ਨੇ ਇਸ਼ਾਰਾ ਤੁਸੀਂ ਸਮਝ ਰਹੇ ਹੋ ਕਿਸ ਸੰਦਰਭ ਨਾਲ? ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ, ਨਾ ਤਾਂ ਬਾਗੀ ਧੜੇ ਦਾ ਨਾਂ ਲਿਆ, ਨਾ ਹੀ ਬਾਦਲ ਪਰਿਵਾਰ ਹੋਰਾਂ ਦਾ ਨਾਂ। ਜਥੇਦਾਰ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਦਾ, ਜਥੇਦਾਰ ਸਾਹਿਬ ਤੁਹਾਡੀਆਂ ਇਹਨਾਂ ਸਟੇਟਮੈਂਟਾਂ ਦੇ ਕਰਕੇ ਅੱਜ ਕਾਂਗਰਸ ਦੇ 7 MP ਜਿੱਤ ਕੇ ਗਏ ਜਿਹਨਾਂ ਅਕਾਲ ਤਖ਼ਤ ਨੂੰ ਉਠਾਇਆ ਹੈ।
ਇਹ ਕਿਹਦੀ ਜ਼ਿੰਮੇਵਾਰੀ ਆ? ਕਿਆ ਇਹ ਅਕਾਲ ਤਖ਼ਤ ਸਾਹਿਬ ਦਾ ਫੇਲੀਅਰ ਨਹੀਂ? ਕਿਆ ਇਹ ਸਿੱਖ ਕੌਮ ਦਾ ਫੇਲੀਅਰ ਨਹੀਂ ਹੋ ਗਿਆ? ਇਹ ਲੀਡਰਸ਼ਿਪ ਦਾ ਫੇਲੀਅਰ ਆ। ਸਿੱਖਾਂ ਨੇ ਉਹਨਾਂ ਨੂੰ ਵੋਟਾਂ ਕਿਉਂ ਪਾਈਆਂ ਨੇ? ਕਿਉਂਕਿ ਸਿੱਖ ਮਜਬੂਰ ਹੋ ਚੁੱਕੇ ਨੇ, ਉਹ ਇਹਨਾਂ ਨੂੰ ਕਿਸੇ ਸੂਰਤ ਮੂੰਹ ਨਹੀਂ ਲਾਉਣਾ ਚਾਹੁੰਦੇ। ਇਸ ਕਰਕੇ ਕਾਂਗਰਸ ਨੂੰ 1984 ਦੇ ਕਾਤਲਾਂ ਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਇਹਦਾ ਜ਼ਿੰਮੇਵਾਰ ਕੌਣ ਆ? ਇਹਦਾ ਜ਼ਿੰਮੇਵਾਰ ਹੋਰ ਕੋਈ ਨਹੀਂ, ਇਹਦਾ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬਾਨ ਨੇ, ਜਿਹੜੇ ਸਿੱਖ ਕੌਮ ਨੂੰ ਸੇਧ ਨਹੀਂ ਦੇ ਪਾ ਰਹੇ। ਅੱਜ ਜਥੇਦਾਰ ਸਾਹਿਬ ਸਿੱਖ ਕੌਮ ਨੂੰ ਸੇਧ ਦੇਣ, ਹਰ ਸਿੱਖ ਦੰਡਵਤ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪੈਰਾਂ 'ਚ ਜਾ ਕੇ ਬੈਠ ਜੂਗਾ। ਅਸੀਂ ਉਹਨਾਂ ਸਭ ਤੋਂ ਪਹਿਲਾਂ ਅਸੀਂ ਉਸ ਕਤਾਰ, ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਹੋਊਗਾ, ਸੇਧ ਦੇਣ ਕੌਮ ਨੂੰ, ਦੱਸਣ ਕੌਮ ਨੂੰ ਕਿਤਨਾ ਸਿੱਖਾਂ ਨੂੰ ਇਕਜੁੱਟ ਕਰਨਾ ਦੁਨੀਆਂ ਦੇ ਅੰਦਰ। ਕਿਆ ਅਕਾਲੀ ਦਲ ਦਾ ਮਤਲਬ ਸਿੱਖ ਦਾ ਮਤਲਬ ਜਿਹੜਾ ਬਾਦਲਾਂ ਨਾਲ ਬਸ ਉਹੀ ਸਿੱਖ ਆ, ਬਾਕੀ ਸਿੱਖ ਹੀ ਨਹੀਂ ਹੈਗੇ? ਇਹ ਜਿਹੜੀ ਪਰੰਪਰਾ ਅਕਾਲ ਤਖ਼ਤ ਕਰਦਾ ਪਿਆ, ਇਹ ਚੰਗੀ ਗੱਲ ਨਹੀਂ। ਜਥੇਦਾਰ ਸਾਹਿਬਾਨਾਂ ਨੂੰ ਐਸੇ ਬਿਆਨ ਨਹੀਂ ਦੇਣੇ ਚਾਹੀਦੇ, ਉਹਨਾਂ ਨੂੰ ਇਹ ਬਿਲਕੁਲ ਸਪਸ਼ਟ ਕਰਨਾ ਚਾਹੀਦਾ ਹੈ। ਉਹ ਸਾਡੀ ਕੌਮ ਦੇ ਸਭ ਤੋਂ ਸ਼ੀਸ਼ ਤੇ ਨੇਤ੍ਰਿਤਵ ਕਰਨ ਵਾਲੇ, ਸ਼ੀਸ਼ ਤੇ ਬੈਠੇ ਜਥੇਦਾਰ ਨੇ, ਉਹਨਾਂ ਨੂੰ ਇਹ ਬਿਲਕੁਲ ਕੋਈ ਵੀ ਪਲੜੇ ਦੇ ਅੰਦਰ ਇੱਕ ਦੂਜੇ ਨੂੰ ਬਰਾਬਰ ਤੋਲਣਾ ਚਾਹੀਦਾ। ਹੁਣ ਤੁਸੀਂ ਕਿਹਾ ਦਿੱਲੀ ਵਾਲੇ ਪਾਸੇ, ਕੱਲ ਅਕਾਲੀ ਦਲ ਦੇ ਦਿੱਲੀ ਦਾ ਪ੍ਰਧਾਨ ਜਾ ਕੇ ਪਰਸੋਂ ਕਾਂਗਰਸ ਦੇ ਲੀਡਰ ਹੁੱਡਾ ਸਾਹਿਬ ਨੂੰ ਜਾ ਕੇ ਗੱਲ 'ਚ ਹਾਰ ਪਾ ਕੇ ਕਹਿੰਦਾ ਅਸੀਂ ਤੁਹਾਡੀ ਸਪੋਰਟ ਕਰਾਂਗੇ ਹਰਿਆਣੇ ਅੰਦਰ। ਕਿਹਨਾਂ ਦਾ ਨਾਮ ਲੈ ਰਿਹਾ? ਸਰਨਾ ਹੋਰਾਂ? ਮੈਂ ਨਹੀਂ ਕਿਸੇ ਨਾਮ ਲੈ ਰਿਹਾ, ਮੈਂ ਤੁਹਾਨੂੰ ਦੱਸਤਾ ਆਪੇ ਲੱਭ ਲਿਓ ਜੀ। ਉਹ ਕਹਿੰਦੇ ਅਕਾਲੀ ਦਲ ਦਾ ਦਿੱਲੀ ਦਾ ਪ੍ਰਧਾਨ ਉਹ ਕੀ ਕਰ ਰਹੇ? ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦਾ ਪ੍ਰਧਾਨ 1984 ਦੇ ਕਾਤਲਾਂ ਦੇ ਗਲਾਂ 'ਚ ਸਰੋਪੇ ਪਾ ਕੇ ਅਨਾਊਂਸ ਕਰਕੇ ਆਇਆ ਕਿ ਮੈਂ ਹਰਿਆਣੇ ਦੇ ਅੰਦਰ ਕਾਂਗਰਸ ਨੂੰ ਜਿਤਾਊਂਗਾ। ਆਪਣਾ ਮੈਂ ਲਿੰਕ ਭੇਜ ਦਿੰਦਾ, ਖੋਲ ਕੇ ਦੇਖ ਲਓ। ਮੈਂ ਕਿਸਾਨ ਭੁਪਿੰਦਰ ਹੁੱਡਾ ਨੂੰ ਸਪੋਰਟ ਕਰਨਗੇ ਕਾਂਗਰਸ? ਦੇਖੋ ਨਾ, ਇਹ ਸਰਨਾ ਹੋਰਾਂ ਨੇ ਕਿਹਾ। ਤੁਸੀਂ ਦੇਖੋ ਨਾ, ਮੈਂ ਨਹੀਂ ਨਾਮ ਲਿੰਦਾ, ਜਿਹੜਾ ਖੋਲੋ ਨਾ, ਮੈਂ ਤੁਹਾਨੂੰ ਲਿੰਕ ਭੇਜਿਆ, ਖੋਲ ਕੇ ਜਰਾ ਪੜ੍ਹੋ, ਪੜ੍ਹ ਕੇ ਦੱਸੋ ਆਪਣੇ ਲੋਕਾਂ ਨੂੰ ਔਰ ਜਥੇਦਾਰਾਂ ਨੂੰ ਪੁੱਛੋ ਜਿਹੜਾ ਸਵਾਲ ਦੇ ਦਿੱਤੇ। ਨਹੀਂ ਖੋਲੋ ਨਾ, ਤੁਸੀਂ ਮੈਨੂੰ ਹੁਣ ਹੀ ਕਰੋ, ਕੱਢੋ ਨਾ, ਚੈੱਕ ਕਰ ਲੈਣੇ। ਕੱਢੋ, ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਦਾ ਦਿੱਲੀ ਦਾ ਪ੍ਰਧਾਨ? ਬਈ ਮੈਂ ਕਿਹਾ, ਮੈਂ ਤੁਹਾਨੂੰ ਲਿੰਕ ਭੇਜਦਾ, ਖੋਲ ਕੇ ਪੜ੍ਹ ਲਓ ਇੱਥੇ ਕੀ ਲਿਖਿਆ, ਉਹਦੇ ਬਾਅਦ ਤੁਸੀਂ ਜਵਾਬ ਦਿਓ ਜੀ। ਇਸ ਦੇ ਪਿੱਛੇ ਵਜ੍ਹਾ ਕੀ ਹੈ? ਕਿਉਂਕਿ ਅਕਾਲੀ ਦਲ ਤਾਂ ਹਮੇਸ਼ਾ ਕਹਿੰਦਾ ਕਿ ਅਸੀਂ ਕਾਂਗਰਸ ਦੇ ਖਿਲਾਫ ਹਾਂ, ਅਸੀਂ ਕਦੀ ਵੀ ਕਾਂਗਰਸ ਦੇ ਹੱਕ 'ਚ ਨਹੀਂ ਜਾਵਾਂਗੇ। ਦੱਸਣ ਨਾ, ਉਹ ਜਵਾਬ ਦੇਣ। ਇਹ ਹਰਿਆਣੇ ਦੀ ਤਸਵੀਰ ਤੁਸੀਂ ਕਹਿ ਰਹੇ ਹੋ, ਦੇਖ ਲਈ ਇਹ ਇੱਕ ਪੋਸਟ, ਪੋਸਟ ਵੀ ਜੇਕਰ ਦਿਖਾ ਸਕੀਏ, ਪੜਾਓ ਪੜਾਓ, ਪੜ੍ਹ ਕੇ ਦਿਖਾ ਦਿਓ। ਪਰਮਜੀਤ ਸਿੰਘ ਸਰਨਾ ਹੁੱਡਾ ਹੋਰਾਂ ਦੇ ਨਾਲ ਨਜ਼ਰ ਆ ਰਹੇ ਨੇ ਔਰ ਉਹਨਾਂ ਨੂੰ ਗੁਲਦਸਤਾ ਦੇ ਰਹੇ ਨੇ ਔਰ ਪੂਰੀ ਟੀਮ ਹੈ ਉਹਨਾਂ ਦੀ, ਅਕਾਲੀ ਦਲ ਦਿੱਲੀ ਦੀ ਪੂਰੀ ਟੀਮ ਹੈ। ਇਹ ਹਰਿਆਣੇ 'ਚ ਇਹ ਕਿਸੇ ਨੇ ਪੋਸਟ ਵੀ ਪਾਈ ਹੋਈ ਹੈ, ਚੰਦੀਪ ਸਿੰਘ ਖੁਰਾਣਾ ਹੋਰਾਂ ਨੇ, ਔਰ ਉਹਨਾਂ ਨੇ ਕੀ ਲਿਖਿਆ ਉਹ ਵੀ ਦੇਖ ਲੈਂਦੇ ਹਾਂ ਕਿ ਕੀ ਕਹਿ ਰਹੇ ਨੇ, ਕਿਉਂਕਿ ਇਹ ਬੜਾ ਅਹਿਮ ਹੈ ਕਿ ਅਕਾਲੀ ਦਲ ਦਾ ਦਿੱਲੀ ਦਾ ਪ੍ਰਧਾਨ ਜੇਕਰ ਇਸ ਤਰੀਕੇ ਨਾਲ ਸਪੋਰਟ ਕਰ ਰਿਹਾ ਹਰਿਆਣੇ ਦੇ ਵਿੱਚ ਕਾਂਗਰਸ ਨੂੰ, ਤਾਂ ਫਿਰ ਇੱਕ ਨਵੀਂ ਕੰਟਰੋਵਰਸੀ ਜਾਂ ਨਵੇਂ ਸਵਾਲ ਉੱਠਣੇ ਸ਼ੁਰੂ ਹੋ ਗਏ। ਸਰਨਾ ਹੋਰਾਂ ਨਾਲ ਵੀ ਗੱਲਬਾਤ ਜਿਹੜਾ ਰਾਬਤਾ ਕਰਾਂਗੇ, ਕਾਇਮ ਕਰਾਂਗੇ ਉਹਨਾਂ ਨਾਲ ਕਿ ਉਹਨਾਂ ਦਾ ਇਸ 'ਤੇ ਕੀ ਟੇਕ ਹੈ। ਤਾਂ ਇਹ ਪੂਰੀ ਹਿਮਾਇਤ ਹੋਣ ਦਾ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਜ਼ਰੀਏ। ਦੂਸਰਾ ਇਹ ਵੀ ਹੈ ਕਿ ਹੁਣ ਜਦੋਂ ਚਰਚਾ ਚੱਲ ਪਈ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ, ਇੱਕ ਪਾਸੇ ਕਹਿ ਰਹੇ ਕਿ 99% ਅਕਾਲੀ ਦਲ ਸੁਖਬੀਰ ਬਾਦਲ ਦੇ ਨਾਲ ਖੜੀ ਹੈ, ਤੁਹਾਨੂੰ ਅਕਾਲੀ ਦਲ ਦਾ ਭਵਿੱਖ ਕੀ ਨਜ਼ਰ ਆਉਂਦਾ? ਕਿ ਬਾਦਲ ਸਾਹਿਬ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਇੰਪਰੂਵ ਕਰ ਸਕਦਾ ਜਾਂ ਬਾਦਲ ਸਾਹਿਬ ਦੇ ਪ੍ਰਧਾਨ ਦੇ ਨਾਲ ਇੰਪਰੂਵਮੈਂਟ ਹੋ ਸਕਦੀ ਹੈ? ਦੋ ਗੱਲਾਂ ਅਲੱਗ ਅਲੱਗ ਨੇ। ਇੱਕ ਗੱਲ ਕੋਈ ਸੱਚ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦਾ ਜਿਹੜਾ ਇਕਜੁੱਟ ਰਹਿਣਾ ਉਹ ਬਾਦਲ ਪਰਿਵਾਰ ਤੋਂ ਬਿਨਾਂ ਮੁਸ਼ਕਲ। ਇਹ ਗੱਲ ਇੱਕ ਸੱਚਾਈ ਆ, ਅਕਾਲੀ ਦਲ ਇਕਜੁੱਟ ਨਹੀਂ ਰਹਿ ਸਕੇਗਾ ਬਾਦਲ ਪਰਿਵਾਰ ਤੋਂ ਬਿਨਾਂ, ਜੋ ਅੱਜ ਦਿਖਦਾ ਪਿਆ, ਜੋ ਅੱਜ ਦਾ ਸੁਨੇਹਾ। ਲੇਕਿਨ ਪੰਜਾਬ ਦੇ ਲੋਕ ਕਿਸੇ ਵੀ ਸੂਰਤ 'ਚ ਉਹਨਾਂ ਨੂੰ ਅਕਾਲੀ ਦਲ 'ਚ ਬਰਦਾਸ਼ਤ ਕਰਨ ਨੂੰ ਤਿਆਰ ਨੇ। ਇਹ ਰੀਅਲ ਸਟੋਰੀ। ਹੁਣ ਇਹ ਦੇਖੋ, ਪ੍ਰਧਾਨਗੀ ਇਹ ਕਹਿ ਰਿਹਾ ਕਿ ਅਕਾਲੀ ਦਲ ਇਕਜੁੱਟ ਨਹੀਂ ਰਹਿ ਸਕੇਗਾ ਬਾਦਲ ਪਰਿਵਾਰ ਤੋਂ ਬਿਨਾਂ, ਇਹ ਵੀ ਇੱਕ ਸੱਚਾਈ ਆ। ਠੀਕ ਹੈ। ਐਟ ਦੀ ਸੇਮ ਟਾਈਮ ਇਹ ਵੀ ਇੱਕ ਸੱਚਾਈ ਆ ਕਿ ਅਕਾਲੀ ਦਲ ਬਾਦਲ
ਦੇ ਅੰਦਰ ਅਕਾਲੀ ਦਲ ਦੇ ਅੰਦਰ ਬਾਦਲ ਪਰਿਵਾਰ ਦੀ ਪ੍ਰਧਾਨਗੀ ਨੂੰ ਪੰਜਾਬ ਦੇ ਲੋਕ ਐਕਸੈਪਟ ਕਰਨ ਨੂੰ ਤਿਆਰ ਨਹੀਂ, ਬਿਲਕੁਲ ਨਹੀਂ। ਇਹਦਾ ਆਲਟਰਨੇਟਿਵ ਜਿਹੜਾ ਏ, ਇਹ ਕੋਈ ਐ ਸਧਾਰਨ ਨਹੀਂ ਹੈਗਾ ਜਿੰਨਾ ਤੁਹਾਨੂੰ ਸਧਾਰਨ ਲੱਗਦਾ ਪਿਆ। ਕੱਲ ਅਕਾਲੀ ਦਲ ਇੱਕ ਨਵਾਂ ਧੜਾ ਖੜਾ ਹੁੰਦਾ ਏ, ਉਹਦੀ ਲੀਡਰਸ਼ਿਪ ਕੌਣ? ਅੱਜ ਪਹਿਲਾਂ ਜਦੋਂ ਤੱਕ ਤੁਸੀਂ ਅੰਮ੍ਰਿਤਪਾਲ ਖੜਾ ਹੋਇਆ ਇਲੈਕਸ਼ਨ, ਸਰਬਜੀਤ ਖੜਾ ਹੋਇਆ, ਉਹਨਾਂ ਨੇ ਕਿਹਾ ਅਸੀਂ ਖੜੇ ਹਾਂ, ਆਓ ਸਾਡੇ ਨਾਲ ਆਉਣਾ ਚਾਹੁੰਦੇ ਜੀ ਕਿ ਨਹੀਂ ਆਉਣਾ ਚਾਹੁੰਦੇ? ਲੋਕਾਂ ਨੇ ਆਉਣਾ ਸੀ ਆ ਕੇ। ਅਕਾਲੀ ਦਲ ਦਾ ਜੇ ਕੋਈ ਧੜਾ ਐਸਾ ਖੜਾ ਹੋਣਾ ਚਾਹੁੰਦਾ, ਖੜਾ ਹੋ ਕੇ ਕਵੇ ਮੈਂ ਹਾਂ, ਬਾਕੀ ਕਹਿਣ ਸਾਡੇ ਅਸੀਂ ਇਹਨੂੰ ਨਾਲ ਲੈ ਕੇ ਚੱਲਣ ਲੱਗੇ ਹਾਂ।